ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹੇ ਸ਼ਖਸੀਅਤ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਨਾਟਕ, ਇਕਾਂਗੀ, ਨਾਵਲ, ਨਿਬੰਧ, ਆਲੋਚਨਾ ਆਦਿ ਬਹੁਤ ਸਾਰੇ ਸਾਹਿਤ ਰੂਪਾਂ ਦੇ ਵਿੱਚ ਆਪਣੀ ਰਚਨਾ ਕਰਕੇ ਆਪਣੀ ਪ੍ਰਤਿਭਾ ਦਾ ਸਿੱਕਾ ਜਮਾਇਆ ਹੈ, ਜਿਹੜੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ। ਸੰਤ ਸਿੰਘ ਸੇਖੋਂ ਜੀ ਦੇ ਬਾਰੇ ਪੜ੍ਹਾਂਗੇ। ਸੰਤ ਸਿੰਘ ਸੇਖੋਂ ਦਾ ਨਾਂ ਜਿਹੜਾ ਪੰਜਾਬ ਦੇ ਸ਼੍ਰੋਮਣੀ ਇਕਾਂਗੀਕਾਰਾਂ ਦੇ ਵਿੱਚ ਗਿਣਿਆ ਜਾਂਦਾ ਹੈ। ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਦਾ ਜਿਹੜਾ ਜਨਮ ਆ 30 ਮਈ 1908 ਨੂੰ ਸਰਦਾਰ ਹੁਕਮ ਸਿੰਘ ਦੇ ਘਰ ਜ਼ਿਲ੍ਹਾ ਲਾਇਲਪੁਰ ਹੁਣ ਪਾਕਿਸਤਾਨ ਵਿੱਚ ਚੱਕ ਨੰਬਰ 70 ਝੰਗ ਨਹਿਰ ਵਿਖੇ ਹੋਇਆ। ਉਹਨਾਂ ਨੇ ਅਰਥ ਸ਼ਾਸਤਰ ਅਤੇ ਅੰਗਰੇਜ਼ੀ ਵਿੱਚ MA ਕੀਤੀ ਹੋਈ ਸੀ ਅਤੇ ਸੰਤ ਸਿੰਘ ਸੇਖੋਂ 1932 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰਦੇ ਰਹੇ ਨੇ ਅਤੇ ਉਹਨਾਂ ਨੂੰ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਸ਼੍ਰੋਮਣੀ ਸਾਹਿਤਕਾਰਾਂ ਦੀ ਅਗਵਾਈ ਪ੍ਰਾਪਤ ਕਰਨ ਦਾ ਸੁਭਾਗ ਹੈ ਜਿਹੜਾ ਪ੍ਰਾਪਤ ਹੋਇਆ ਸੀ। ਪ੍ਰਿੰਸੀਪਲ ਤੇਜਾ ਸਿੰਘ ਵੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪੜ੍ਹਾਉਂਦੇ ਰਹੇ ਨੇ। ਸੰਤ ਸਿੰਘ ਸੇਖੋਂ ਨੇ ਪਹਿਲਾਂ ਅੰਗਰੇਜ਼ੀ ਵਿੱਚ ਸਾਹਿਤ ਰਚਨਾ ਸ਼ੁਰੂ ਕੀਤੀ ਸੀ ਅਤੇ 1933 ਦੇ ਵਿੱਚ ਉਹਨਾਂ ਨੇ ਈਵ ਐਟ ਬੇ ਨਾਂ ਦਾ ਇੱਕ ਨਾਟਕ ਲਿਖਿਆ ਅਤੇ ਛਪਵਾਇਆ। ਉਸਨੂੰ ਲਾਹੌਰ ਤੋਂ ਇੱਕ ਅੰਗਰੇਜ਼ੀ ਰਸਾਲਾ ਨੌਰਥ ਰਿਵਿਊ ਵੀ ਕੱਢਿਆ ਉਹਨਾਂ ਨੇ। ਇਹ ਪਹਿਲਾ ਇੱਕ ਨਾਟਕ ਈਵੈਟ ਬੇ ਅਤੇ ਦੂਸਰਾ ਨੌਰਥ ਰਿਵਿਊ ਨਾਂ ਦਾ ਇੱਕ ਰਸਾਲਾ ਅੰਗਰੇਜ਼ੀ ਦੇ ਵਿੱਚ ਕੱਢਦੇ ਨੇ। ਬਾਅਦ ਦੇ ਵਿੱਚ ਜਲਦ ਹੀ ਉਹਨਾਂ ਦਾ ਰੁਝਾਨ ਆ ਜਿਹੜਾ ਪੰਜਾਬੀ ਵੱਲ ਹੋ ਗਿਆ, ਫਿਰ ਉਹ ਪੰਜਾਬੀ ਦੇ ਵਿੱਚ ਰਚਨਾ ਲਿਖਣੀ ਸ਼ੁਰੂ ਕਰਦੇ ਨੇ। ਸੰਤ ਸਿੰਘ ਸੇਖੋਂ ਰਿਟਾਇਰ ਹੋਣ ਤੱਕ ਆਪਣਾ ਜਿਹੜਾ ਕਿੱਤਾ ਮੁੱਖ ਤੌਰ 'ਤੇ ਉਹਨਾਂ ਦਾ ਅਧਿਆਪਨ ਹੀ ਰਹਿੰਦਾ ਨੇ ਅਤੇ ਭਾਵੇਂ ਕੇਵਲ ਕਸਬੀ ਲਿਖਾਰੀ ਰਹਿਣ ਬਣੇ ਰਹਿਣ ਅਤੇ ਸਰਗਰਮ ਰਾਜਨੀਤੀ ਵਿੱਚ ਆਉਣ ਦੇ ਉਪਰਾਲੇ ਵੀ ਉਹਨਾਂ ਨੇ ਕੀਤੇ ਨੇ, ਪਰ ਸੇਖੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਐਮੀਰੇਟਸ ਦੀ ਪਦਵੀ 'ਤੇ ਵੀ ਸੁਸ਼ੋਭਿਤ ਰਹੇ ਨੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਬਹੁਪੱਖੀ ਸ਼ਖਸੀਅਤ ਦੇ ਮਾਲਕ ਸੀ ਅਤੇ ਉਹਨਾਂ ਨੇ ਬਹੁਪੱਖੀ ਸਾਹਿਤਕਾਰ ਵੀ ਕਿਹਾ ਜਾਂਦਾ। ਉਹਨਾਂ ਨੇ ਨਾਟਕ, ਇਕਾਂਗੀ, ਕਹਾਣੀ, ਨਾਵਲ, ਆਲੋਚਨਾ, ਨਿਬੰਧ ਆਦਿ ਸਾਧ ਸਾਹਿਤ ਰੂਪਾਂ ਵਿੱਚ ਰਚਨਾ ਕਰਕੇ ਆਪਣੀ ਪ੍ਰਤਿਭਾ ਦਾ ਸਿੱਕਾ ਜਮਾਇਆ ਹੈ ਅਤੇ ਸੇਖੋ ਪੰਜਾਬੀ ਨਾਟਕ ਸਾਹਿਤ ਵਿੱਚ ਇੱਕ ਨਵਾਂ ਪੜਾਅ ਲੈ ਕੇ ਆਉਂਦਾ ਹੈ। ਭਾਰਤੀ ਅਤੇ ਪੱਛਮੀ ਪਰੰਪਰਾ ਤੋਂ ਜਾਣੂ ਸੇਖੋ ਬੌਧਿਕ ਧਾਰਾ ਦਾ ਯਥਾਰਥਵਾਦੀ ਨਾਟਕਕਾਰ ਹੈ। ਉਹ ਇੱਕ ਯਥਾਰਥਵਾਦੀ ਨਾਟਕਕਾਰ ਦੇ ਤੌਰ 'ਤੇ ਸਾਹਮਣੇ ਆਉਂਦਾ ਅਤੇ ਭਾਰਤੀ ਅਤੇ ਪੱਛਮੀ ਪਰੰਪਰਾ ਦਾ ਚੰਗੀ ਤਰ੍ਹਾਂ ਜਾਣੂ ਹੋਣ ਕਰਕੇ ਉਸਦਾ ਪ੍ਰਭਾਵ ਵੀ ਉਹਨਾਂ ਦੇ ਉੱਤੇ ਨਜ਼ਰ, ਉਹਨਾਂ ਦੇ ਨਾਟਕਾਂ ਦੇ ਉੱਤੇ, ਰਚਨਾਵਾਂ ਦੇ ਉੱਪਰ ਨਜ਼ਰ ਆਉਂਦਾ। ਉਸ 'ਤੇ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਵੀ ਹੈ। ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਹੋਣ ਕਰਕੇ ਉਹ ਇੱਕ ਆਲੋਚਕ ਦੇ ਤੌਰ 'ਤੇ, ਇੱਕ ਮਾਰਕਸਵਾਦੀ ਆਲੋਚਕ ਦੇ ਤੌਰ 'ਤੇ ਸਾਡੇ ਸਾਹਮਣੇ ਆਉਂਦਾ ਅਤੇ ਆਪਣੇ ਨਾਟਕਾਂ, ਇਕਾਂਗੀਆਂ ਦੇ ਵਿੱਚ ਮਾਰਕਸਵਾਦੀ ਦ੍ਰਿਸ਼ਟੀਕੋਣ ਦੇ ਰਾਹੀਂ ਵਿਸ਼ਿਆਂ ਦੀ ਚੋਣ ਕਰਦਾ ਅਤੇ ਉਹਨਾਂ ਨੂੰ ਨਿਭਾਉਂਦਾ ਗਾ ਮਾਰਕਸਵਾਦੀ ਵਿਚਾਰਧਾਰਾ ਦੇ ਅਨੁਸਾਰ। ਉਸ ਦੀਆਂ ਸਭ ਤੋਂ ਵੱਧ 18 ਪੁਸਤਕਾਂ ਨਾਟ ਸਾਹਿਤ ਨਾਲ ਸੰਬੰਧਿਤ ਨੇ ਅਤੇ ਉਹਨਾਂ ਦੇ ਵਿੱਚੋਂ 11 ਪੂਰੇ ਨਾਟਕ ਨੇ ਅਤੇ 4 ਇਕਾਂਗੀ ਸੰਗ੍ਰਹਿ ਨੇ, ਜਿਨ੍ਹਾਂ ਦੇ ਵਿੱਚ 2 ਕਾਵਿ ਨਾਟ ਵੀ ਸ਼ਾਮਿਲ ਨੇ। ਇੱਕ ਅੰਗਰੇਜ਼ੀ ਨਾਟਕ ਅਤੇ ਨਾਟਕ ਬਾਰੇ ਉਹਨਾਂ ਦੀ ਪੁਸਤਕ ਆ ਜਿਹੜੀ ਨਾਟਕ ਕਲਾ ਅਤੇ ਮੇਰਾ ਅਨੁਭਵ, ਇਹ ਜਿਹੜੀ ਪੁਸਤਕ ਆਗੀ ਅੰਗਰੇਜ਼ੀ ਨਾਟਕ ਅਤੇ ਨਾਟਕ ਦੇ ਬਾਰੇ ਉਹਨਾਂ ਦੇ ਲਿਖਿਆ ਹੋਈ ਹੈਗੀ ਨਾਟਕ ਕਲਾ ਅਤੇ ਮੇਰਾ ਅਨੁਭਵ। ਉਹਨਾਂ ਦੇ ਇਕਾਂਗੀਆਂ ਦੇ ਬਾਰੇ ਜਾਣਕਾਰੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਕਾਂਗੀ ਆਉਂਦਾ ਜੀ ਉਹਨਾਂ ਦਾ ਛੇਕਰ। ਇਹ ਇਕਾਂਗੀ ਸੰਗ੍ਰਹਿ 1941 ਦੇ ਵਿੱਚ ਪ੍ਰਕਾਸ਼ਿਤ ਹੁੰਦਾ। ਇਸ ਇਕਾਂਗੀ ਸੰਗ੍ਰਹਿ ਦੇ ਵਿੱਚ 5 ਇਕਾਂਗੀ ਨੇ। ਪਹਿਲਾ ਹੈਗਾ ਇਕਾਂਗੀ ਮਹਾਤਮਾ, ਇੱਕ ਪੁੱਤਰ, ਇੱਕ ਐਤਵਾਰ, ਹੜਤਾਲ, ਭਾਵਾਂ ਅਤੇ ਇੱਕ ਕਾਵਿ ਨਾਟ ਆ ਜਿਹੜਾ ਬਾਬਾ ਬੋੜ, ਇਸ ਇਕਾਂਗੀ ਸੰਗ੍ਰਹਿ ਸ਼ਾਮਿਲ ਨੇ। ਮਹਾਤਮਾ ਭਾਵੀ ਅਤੇ ਬਾਬਾ ਬੋੜ ਦੇ ਵਿਸ਼ੇ ਜਿਹੜੇ ਕਰਮਵਾਰ ਮਿਥਿਹਾਸਕ ਅਤੇ ਇਤਿਹਾਸਕ ਨੇ। ਮਹਾਤਮਾ ਦਾ ਵਿਸ਼ਾ ਮਿਥਿਹਾਸਿਕ ਆ ਅਤੇ ਬਾਬਾ ਬੋੜ ਦਾ ਵਿਸ਼ਾ ਇਤਿਹਾਸਿਕ ਆ ਅਤੇ ਇੱਕ ਐਤਵਾਰ, ਹੜਤਾਲ ਅਤੇ ਪੁੱਤਰ ਇਕਾਂਗੀਆਂ ਦੇ ਵਿਸ਼ੇ ਸਮਾਜਿਕ ਨੇ, ਸਮਾਜਿਕ ਹਾਲਾਤਾਂ ਦੇ ਉੱਤੇ ਨੇ। ਅਤੇ ਅਗਲਾ ਇਕਾਂਗੀ ਸੰਗ੍ਰਹਿ ਜਿਹੜਾ ਤਪਿਆ ਕਿਉਂ ਖਪਿਆ 1949 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਗਾ। ਇਸ ਇਕਾਂਗੀ ਵਿੱਚ 5 ਇਕਾਂਗੀ ਨਾਟਕ ਨੇ। ਇੱਕ ਤਾਂ ਨਿਸ਼ਾਂਤ ਬਾਗ ਵਿੱਚ, ਤਪਿਆ ਕਿਉਂ ਖਪਿਆ, ਡਾਕਟਰ ਬਾਹਿਆਣੇ, ਚੋਰ ਬਜ਼ਾਰੀ ਹੈ ਅਤੇ ਇੱਕ ਕਾਵਿ ਨਾਟ ਬਿਹੋਲੀ ਸ਼ਾਮਿਲ ਹੈ। ਨਿਸ਼ਾਂਤ ਬਾਗ ਅਤੇ ਤਪਿਆ ਕਿਉਂ ਖਪਿਆ ਇਕਾਂਗੀਆਂ ਦੇ ਵਿਸ਼ੇ ਜਿਹੜੇ ਕਰਮ ਬਾਰੇ ਇਤਿਹਾਸਿਕ ਅਤੇ ਮਿਥਿਹਾਸਿਕ ਨੇ। ਨਿਸ਼ਾਂਤ ਬਾਗ ਦਾ ਵਿਸ਼ਾ ਇਤਿਹਾਸਿਕ ਅਤੇ ਤਪਿਆ ਕਿਉਂ ਖਪਿਆ ਦਾ ਵਿਸ਼ਾ ਮਿਥਿਹਾਸਿਕ ਅਤੇ ਬਿਹਿਆਣੇ, ਚੋਰ ਬਜ਼ਾਰੀਏ, ਬਿਹੋਲੀ ਦੇ ਵਿਸ਼ੇ ਜਿਹੜੇ ਸਮਕਾਲੀ ਸਮਾਜਿਕ
ਅਖੰਡ ਉਸ ਸਮੇਂ ਦੇ ਸਮਾਜਿਕ ਹਾਲਾਤਾਂ 'ਤੇ ਆਧਾਰਿਤ ਨੇ ਅਤੇ ਨਾਟਸ ਨੇ ਜਿਹੜਾ ਕਾਂਗੀ ਸੰਗ੍ਰਹਿ ਅਗਲਾ 1956 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਗਾ। ਇਸਦੇ ਵਿੱਚ ਦੂਜਾ ਵਿਆਹ, ਰੈਣ ਬਸੇਰਾ, ਜਾਗੀਰਦਾਰ, ਪਿਤਾ ਪੁਰਖੀ, ਪੁਨਰ ਜਨਮ ਅਤੇ ਸੁਨੇਹਾ 6 ਕਾਂਗੀ ਨਾਟਕ ਨੇ। ਇਹ ਜਿਹੜੇ ਕਾਂਗੀ ਨਾਟਕ ਨੇ ਪੇਂਡੂ ਅਤੇ ਸ਼ਹਿਰੀ ਮੱਧ ਸ਼੍ਰੇਣੀਕ ਜੀਵਨ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਹਨ। ਇਸੇ ਕਾਂਗੀ ਸੰਗ੍ਰਹਿ ਵਿੱਚ ਕਾਵਨਾਟ ਬਾਬਾ ਬੋੜ ਦਾ ਸੋਧਿਤ ਰੂਪ ਵੀ ਸ਼ਾਮਲ ਹੈ। ਪਹਿਲਾਂ ਪਿਛਲੇ ਕਾਂਗੀ ਸੰਗ੍ਰਹਿ ਦੇ ਵਿੱਚ ਬਾਬਾ ਬੋੜ ਜਿਹੜਾ ਇੱਕ ਕਾਵਨਾਟਕ ਸੀ ਉਹ ਪ੍ਰਕਾਸ਼ਿਤ ਹੁੰਦਾ ਅਤੇ ਨਾਟ ਸੁਨੇਹੇ ਦੇ ਵਿੱਚ ਉਸਦਾ ਸੋਧਿਤ ਰੂਪ ਵੀ ਉਹਨੂੰ ਸੋਧਕ ਕੇ ਲਿਖਿਆ ਜਾਂਦਾ, ਉਹ 'ਚ ਕੁਝ ਸੁਧਾਰ ਕਰਕੇ ਬਾਬਾ ਬੋੜ ਜਿਹੜਾ ਨਾਟਕ ਕਾਵਨਾਟ ਹੈ ਉਸਨੂੰ ਸ਼ਾਮਿਲ ਕੀਤਾ ਜਾਂਦਾ ਨਾਟ ਸੁਨੇਹੇ ਦੇ ਵਿੱਚ। ਅਗਲਾ ਕਾਂਗੀ ਸੰਗ੍ਰਹਿ ਸੁੰਦਰ ਪਦ, ਸੁੰਦਰ ਪਦ 1958 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਕਾਂਗੀ ਸੰਗ੍ਰਹਿ ਆ। ਇਹ ਬੱਚਿਆਂ ਦੇ ਲਈ ਲਿਖਿਆ ਹੋਇਆ ਕਾਂਗੀ ਸੰਗ੍ਰਹਿ ਸੀ, ਛੋਟੇ ਕਾਂਗੀ ਸੀ ਬੱਚਿਆਂ ਦੇ ਲਈ। ਇਸ ਦੇ ਵਿੱਚ ਜਿਹੜੇ ਕਾਂਗੀ ਸੰਗ੍ਰਹਿ ਨੇ ਸੁੰਦਰ ਪਦ, ਸੋਨੇ ਦੀ ਸ਼ੋਅ, ਅਨੋਖਾ ਪ੍ਰਾਚਿਤ, ਪਿਓ ਵਾਲੀ ਘੋੜੀ, ਸੇਖ ਚਿਲੀ, ਦਮਿਅੰਤੀ, ਸਿਆਲਾਂ ਦੀ ਨੱਡੀ, ਸ਼ਾਂਤੀ ਦਾ ਪੁੰਜ, ਇਹ ਕਾਂਗੀ ਸੰਗ੍ਰਹਿ ਸ਼ਾਮਲ ਨੇ। ਇਤਿਹਾਸਿਕ ਨੇ, ਮਿਥਿਹਾਸਿਕ ਅਤੇ ਕਾਲਪਨਿਕ ਅਤੇ ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਇਹ ਕਾਂਗੀ ਸੰਗ੍ਰਹਿ ਨੇ। ਅਗਲਾ ਜਿਹੜਾ ਇਕਾਂਗੀ ਸੰਗ੍ਰਹਿ ਹੈਗਾ ਮੇਰੇ 10 ਨਾਟਕ ਇਕਾਂਗੀ, ਇਹ ਮਿਤੀਹੀਨ ਹੈਗਾ। ਇਸੇ ਇਕਾਂਗੀ ਮੇਰੇ 10 ਇਕਾਂਗੀ ਸੰਗ੍ਰਹਿ, ਇਸਦੇ ਵਿੱਚ ਸੰਸੇ ਸੇਖੋ ਨੇ ਪਹਿਲਾਂ ਛਪੇ ਜਿਹੜੇ ਇਕਾਂਗੀ ਸੰਗ੍ਰਹਿ ਨੇ ਉਹਨਾਂ ਦੇ ਵਿੱਚੋਂ 94 ਇਕਾਂਗੀ ਸ਼ਾਮਿਲ ਕੀਤੇ ਨੇ, ਜਿਵੇਂ ਮਹਾਤਮਾ ਇਕਾਂਗੀ ਸ਼ਾਮਿਲ ਕੀਤਾ, ਪੁੱਤਰ, ਭਾਵੀ, ਹੜਤਾਲ, ਸੇਖ ਚਿਲੀ, ਦਮਿਅੰਤੀ, ਦੂਜਾ ਵਿਆਹ, ਰੈਣ ਬਸੇਰਾ, ਪਿਤਾ ਪੁਰਖੀ, ਸਿਆਲਾਂ ਦੀ ਨੱਡੀ, ਇਹ ਇਕਾਂਗੀਆਂ ਇਸ ਇਕਾਂਗੀ ਸੰਗ੍ਰਹਿ ਦੇ ਵਿੱਚ ਸ਼ਾਮਿਲ ਨੇ। ਸੇਖੋ ਦੇ ਨਾਟਕ ਅਤੇ ਇਕਾਂਗੀ ਆਪਣੀ ਬੁੱਧੀ, ਪ੍ਰਧਾਨ ਤੱਤ, ਮੌਲਿਕ ਵਿਸ਼ੇ ਵਸਤੂ ਅਤੇ ਨਿਵੇਕਲੇ ਰੂਪ ਵਿਧਾਨ ਕਰਕੇ ਆਪਣੀ ਖਾਸ ਥਾਂ ਰੱਖਦੇ ਨੇ। ਬੁੱਧੀ, ਪ੍ਰਧਾਨ ਤੱਤ, ਮੌਲਿਕ ਵਿਸ਼ੇ ਵਸਤੂ ਅਤੇ ਨਿਵੇਕਲੇ ਰੂਪ ਵਿਧਾਨ ਦੇ ਕਰਕੇ ਉਹਨਾਂ ਦੀ ਸੰਪੂਰਨ ਰਚਨਾ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਕਾਂਗੀ ਜਿਵੇਂ ਆਪਾਂ ਗੱਲ ਕੀਤੀ ਹੈ ਸ਼ੇਖਰ, ਤਪਿਆ ਕੋ ਖਪਿਆ ਨਾਟਸ ਨੇ, ਸੁੰਦਰ ਪਦ 2 ਇਕਾਂਗੀਆਂ ਕਾਵਨਾਟ ਨੇ ਜਿਹੜੇ, ਵਿਹੋਲੀ ਅਤੇ ਬਾਬਾ ਬੋੜ। ਅਤੇ ਪੂਰੇ ਨਾਟਕਾਂ ਦੀ ਗੱਲ ਕਰੀਏ ਤਾਂ ਪੂਰੇ ਨਾਟਕਾਂ ਦੇ ਵਿੱਚ ਭੂਮੀਦਾਨ, ਕਲਾਕਾਰ, ਨਲ ਦਮਿਅੰਤੀ, ਨਾਰਕੀ, ਅਤੇ ਉਸ ਤੋਂ ਬਾਅਦ ਇਤਿਹਾਸਿਕ ਨਾਟਕਾਂ ਜਿਹੜੇ ਮੋਇਆ ਸਾਰ ਨਾ ਕਾਈ, ਇਤਿਹਾਸਿਕ ਨਾਟਕਾਂ ਜਿਹੜੇ ਸੰਸੇ ਸੇਖੋ ਦੇ ਲਿਖੇ ਹੋਏ ਨੇ ਬਹੁਤ ਪ੍ਰਸਿੱਧ ਨੇ, ਬੇੜਾ ਬੰਧ ਨਾ ਸਕੇ 1954, ਵਾਰਿਸ 1955, ਬੰਦਾ ਬਹਾਦਰ 1985, ਵੱਡਾ ਘੱਲੂਕਾਰਾ 1986, ਮਿੱਤਰ ਪਿਆਰਾ 1971। ਖੋਜ ਅਤੇ ਆਲੋਚਨਾ ਦੇ ਵਿੱਚ ਸੰਸੇ ਸੇਖੋ ਦਾ ਨਾਮ ਆ ਜਿਹੜਾ ਬਹੁਤ ਵੱਡਾ ਨਾਂ ਗਾ ਅਤੇ ਇੱਕ ਆਪਣਾ ਵੱਖਰਾ ਸਥਾਨ ਰੱਖਦੇ ਨੇ ਆਲੋਚਨਾ ਦੇ ਖੇਤਰ ਦੇ ਵਿੱਚ। ਮਾਰਕਸਵਾਦੀ ਆਲੋਚਕ ਦੇ ਤੌਰ 'ਤੇ ਉਹਨਾਂ ਦੀਆਂ ਆਲੋਚਨਾ ਦੀਆਂ ਪੁਸਤਕਾਂ ਦੀ ਗੱਲ ਕਰੀਏ ਤਾਂ ਸਾਹਿਤਾਰਥ, ਪ੍ਰਸਿੱਧ ਪੰਜਾਬੀ ਕਵੀ ਪ੍ਰਗਤੀ ਪੰਧ, ਪੰਜਾਬੀ ਕਾਵਿ ਸ਼੍ਰੋਮਣੀ, ਹੀਰ ਵਾਰਿਸ, ਨਾਵਲ ਅਤੇ ਪਲਾਟ ਉਹਨਾਂ ਦੀਆਂ ਖੋਜ ਅਤੇ ਆਲੋਚਨਾ ਦੀਆਂ ਪੁਸਤਕਾਂ ਨੇ। ਅਤੇ ਅਨੁਵਾਦ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਗਾ, ਅਨੁਵਾਦਕ ਦੇ ਤੌਰ 'ਤੇ ਉਹਨਾਂ ਨੇ ਵਾਦਤ ਦੇ ਤੌਰ 'ਤੇ ਉਹਨਾਂ ਨੇ ਅੰਤੋਨੀ ਅਤੇ ਕਲਪੋਤਰਾ, ਵਿਲੀਅਮ ਸ਼ੇਕਸਪੀਅਰ ਇਹ ਕਿਤਾਬ ਅਨੁਵਾਦ ਕੀਤੀ ਆ, ਐਨਾ ਕੈਰੇਨੀਨਾ ਟਾਲਸਟਾਏ ਦਾ ਨਾਵਲ ਨੂੰ ਅਨੁਵਾਦ ਕੀਤਾ, ਫੌਸਤ ਗੈਟੇ ਇਹ ਵੀ ਅਨੁਵਾਦ ਕੀਤੀ ਹੋਈ ਪੁਸਤਕ ਹੈ ਸੰਸੇ ਸੇਖੋ ਜੀ ਦੀ। ਜੇਕਰ ਮਾਨ ਸਨਮਾਨ ਦੀ ਗੱਲ ਕਰੀਏ ਤਾਂ ਮਾਨ ਸਨਮਾਨ ਉਹਨਾਂ ਨੂੰ ਬਹੁਤ ਸਾਰੇ ਮਾਨ ਸਨਮਾਨ ਵਿਭਿੰਨ ਭਿੰਨ ਸੰਸਥਾਵਾਂ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਲੇਖਕ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ 1965 ਦੇ ਵਿੱਚ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਟਕ ਹੈ ਜਿਹੜਾ ਮਿੱਤਰ ਪਿਆਰੇ ਲਈ 1972 ਦੇ ਵਿੱਚ ਇਹਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਦਾ। ਪਦਮ ਸ਼੍ਰੀ ਭਾਰਤ ਸਰਕਾਰ ਵੱਲੋਂ 1987 ਦੇ ਵਿੱਚ, ਭਾਰਤੀ ਪਰਿਸ਼ਦ ਪੁਰਸਕਾਰ ਕੋਲਕਾਤਾ 1999 'ਚ, ਡੀ ਲੈਟ ਦੀ ਓਨਰੇਰੀ ਡਿਗਰੀ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1991 ਦੇ ਵਿੱਚ ਡੀ ਲੈਟ ਦੀ ਓਨਰੇਰੀ ਡਿਗਰੀ ਉਹਨਾਂ ਨੂੰ ਪ੍ਰਦਾਨ ਕੀਤੀ ਗਈ। ਅਤੇ ਲਾਈਫ ਫੈਲੋਸ਼ਿਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਉਹਨਾਂ ਨੂੰ ਦਿੱਤੀ ਗਈ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪ੍ਰੋਫੈਸਰ ਆਫ ਐਮੀਨੈਂਸ, ਪ੍ਰੋਫੈਸਰ ਐਮੀਰੇਟਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਦਿੱਤਾ ਗਿਆ। ਅਤੇ ਫੈਲੋਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਦਿ ਸ਼ਾਮਿਲ ਹਨ। ਅਤੇ ਆਪਣੇ ਜੀਵਨ ਕਾਲ ਵਿੱਚ ਉਹ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਜਨਰਲ ਸਕੱਤਰ,
ਜਨਰਲ ਕੌਂਸਲ ਮਾਫ਼ ਕਰਨਾ ਦੇ ਮੈਂਬਰ ਅਤੇ ਕੇਂਦਰੀ ਪੰਜਾਬੀ ਲੇਖ ਸਭਾ ਦਾ 1984 ਤੋਂ 97 ਤੱਕ ਪ੍ਰਧਾਨ ਰਹਿਣ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਵੀ ਰਹੇ ਨੇ। ਸੋ ਇਹ ਸੀ ਸਾਸੇ ਸੇਖੋਂ ਦੀ ਸ਼ਖਸੀਅਤ ਅਤੇ ਉਹਨਾਂ ਦੀ ਜ਼ਿੰਦਗੀ ਦੇ ਰਚਨਾਵਾਂ ਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ। ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸਾਡੀਆਂ ਆਉਣ ਵਾਲੀ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ।